ਅੱਜ ਅਸੀਂ 7 ਅਪ੍ਰੈਲ ਦਿਨ ਸਿੱਖ ਤਾਰੀਖ 'ਚ ਚਰਚਿਤ ਘਟਨਾਵਾਂ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੀ ਘਟਨਾ ਸੜਕ 1924 ਦੀ ਹੈ। ਅਸੀਂ ਜਾਣਦੇ ਹਾਂ ਵੀ ਗੰਗਸਰ ਜੈਤੋਂ ਵਿੱਚ ਅਖੰਡ ਪਾਠ ਦੇ ਮਸਲੇ ਦੇ ਉੱਤੇ ਜਿਹੜਾ ਮੋਰਚਾ ਲੱਗਾ ਸੀਗਾ ਉਹ ਚੱਲ ਰਿਹਾ ਸੀਗਾ ਅਤੇ ਜਥੇ ਜਾ ਰਹੇ ਸਨ, ਦੋ ਜਥੇ ਜਾ ਰਹੇ ਸਨ। ਪਹਿਲੇ ਜਥੇ 'ਤੇ ਜਿਹੜਾ ਉਹ 21 ਫਰਵਰੀ ਨੂੰ 1924 ਦੇ ਦਿਨ ਜਦੋਂ ਜੈਤੋਂ ਪਹੁੰਚਿਆ ਉੱਤੇ ਗੋਲੀ ਚਲਾਈ ਹੈ। ਉਸ ਤੋਂ ਬਾਅਦ ਜਿਹੜਾ ਲੋਕ ਜਿਹੜੇ ਨੇ ਇਸ ਦੇ ਖਿਲਾਫ ਹੋ ਗਏ ਨੇ, ਸਾਰੀ ਲਹਿਰ ਚੱਲ ਪਈ ਹੈ, ਦੁਨੀਆ ਭਰ 'ਚ ਇਹਦਾ ਚਰਚਾ ਹੋਇਆ। ਤੋ ਦੂਸਰਾ ਜੱਥਾ ਜਿਹੜਾ ਗਿਆ ਉਸ ਤੋਂ ਗ੍ਰਿਫਤਾਰ ਕਰਦਾ ਗਿਆ ਅਤੇ ਉਹਦੇ 'ਤੇ ਗੋਲੀ ਨਹੀਂ ਚਲਾਈ ਗਈ। ਹੁਣ ਤੀਸਰਾ ਜੱਥਾ ਜਿਹੜਾ ਉਹ 7 ਅਪ੍ਰੈਲ 1924 ਦੇ ਦਿਨ ਜਿਹੜਾ ਅੰਮ੍ਰਿਤਸਰ ਤੋਂ ਚੱਲਿਆ, ਔਰ ਇਹ ਜੱਥਾ ਜਿਹੜਾ ਜੋ ਚੌਥੇ ਜਿਹੜਾ 22 ਤਰੀਕ ਨੂੰ ਚੱਲਿਆ, 22 ਮਾਰਚ ਨੂੰ ਚੱਲ ਕੇ 7 ਅਪ੍ਰੈਲ ਨੂੰ ਜੱਥੇ ਪਹੁੰਚਿਆ। ਉਸ ਵੇਲੇ ਜੱਥੇ ਦੇ ਨਾਲ ਪਹੁੰਚੇ ਹੋਏ ਸਨ ਜਿਹੜੇ ਸਨ ਤਾਰਾ ਸਿੰਘ ਮੋਗੇ ਤੋਂ MLC ਸੀਗਾ, ਮੀਆਂ ਫਜ਼ਲ ਹੱਕ ਅਤੇ ਕਰਤਾਰ ਸਿੰਘ ਮੈਂਬਰ ਅਸੈਂਬਲੀ, ਇਹ ਸਾਰੇ ਪਹੁੰਚੇ ਹੋਏ ਸਨ। ਔਰ ਇਹਨਾਂ ਨੇ ਇਸ ਕਰਕੇ ਪਹੁੰਚੇ ਸਨ ਵੀ ਤਾਂ ਜੋ ਜਿਹੜਾ ਦੱਸਿਆ ਜਾ ਸਕੇ ਵੀ ਜਿਹੜਾ ਪੁਲਿਸ ਝੂਠ ਬੋਲਦੀ ਵੀ ਜੱਥੇ ਕੋਲ ਹਥਿਆਰ ਸਨ, ਉਹ ਸਾਰਾ ਜੱਥਾ ਜਿਹੜਾ ਖਾਲੀ ਹੱਥ ਸੀਗਾ, ਔਰ ਉਹ ਇਸ ਉਹਨਾਂ ਦੀ ਮੌਜੂਦਗੀ ਹੋਣ ਕਰਕੇ ਇਸ ਜੱਥੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ ਸਾਡੇ ਕੋਲ 1948 ਦੀ ਘਟਨਾ ਹੈ। 7 ਅਪ੍ਰੈਲ 1948 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਮੀਟਿੰਗ ਹੋਈ ਹੈ, ਇੱਕ ਇਸ ਤੋਂ ਪਹਿਲਾਂ ਦੀ ਘਟਨਾ ਦੱਸਦੇ ਹਾਂ ਵੀ ਗਿਆਨੀ ਕਰਤਾਰ ਸਿੰਘ ਜਿਹੜਾ ਉਹ MLA ਸੀਗਾ ਜਦੋਂ 47 ਦੀ ਵੰਡ ਹੋਈ ਹੈ, ਅਤੇ ਉਸ ਵੰਡ ਤੋਂ ਬਾਅਦ ਜਿਹੜਾ ਉਹਨਾਂ ਨੇ ਆ ਕੇ, ਕਿਉਂਕਿ ਕਾਂਗਰਸ ਦੀ ਸਰਕਾਰ ਪੰਜਾਬ 'ਚ ਬਣ ਗਈ ਹੈ ਅਤੇ ਇਹਨਾਂ ਦੀ ਖਾਹਿਸ਼ ਸੀ ਵੀ ਅਸੀਂ ਮਨਿਸਟਰ ਬਣ ਜਾਈਏ। ਗਿਆਨੀ ਕਰਤਾਰ ਸਿੰਘ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦਾ, ਔਰ ਉਹਨੇ MLAs ਅਤੇ MPs ਕੋਲੋਂ ਮਤਾ ਪਾਸ ਕਰਾਤਾ ਵੀ ਅਸੀਂ ਜਿਹੜੇ ਆ ਕਾਂਗਰਸ ਦਾ ਹਿੱਸਾ ਹੋਵਾਂਗੇ, ਯਾਨੀ ਸਾਰੇ MLA ਜਿਹੜੇ ਕਾਂਗਰਸ 'ਚ ਸ਼ਾਮਿਲ ਹੋ ਜਾਣਗੇ। 23 ਦੇ 23 MLA ਕਾਂਗਰਸ 'ਚ ਸ਼ਾਮਿਲ ਹੋ ਗਏ ਅਤੇ ਇਹਨਾਂ ਨੂੰ ਵਜ਼ੀਰੀ ਮਿਲ ਗਈ। ਹੁਣ ਅਕਾਲੀ ਦਲ ਜਿਹੜਾ ਉਸ ਦੀ ਪ੍ਰਧਾਨਗੀ ਵੀ ਗਿਆਨੀ ਕਰਤਾਰ ਸਿੰਘ ਤੋਂ ਚਲੀ ਗਈ, ਤੋ ਉਸ ਜਿਹੜਾ ਬਾਕੀ ਜਿਹੜਾ ਅਕਾਲੀ ਦਲ ਸੀਗਾ ਉਹਦੀ ਐਗਜੈਕਟਿਵ ਦੀ ਮੀਟਿੰਗ ਹੈ 7 ਅਪ੍ਰੈਲ 1948 ਦੇ ਦਿਨ ਹੋਈ, ਔਰ ਅਕਾਲੀ ਦਲ ਨੇ ਮਤਾ ਪਾਸ ਕੀਤਾ ਵੀ ਬੇਸ਼ੱਕ MLA MP ਜਿਹੜੇ ਨੇ ਕਾਂਗਰਸ ਦੀ ਲੈਜਿਸਲੇਚਰ ਪਾਰਟੀ ਵਿੱਚ ਸ਼ਾਮਿਲ ਹੋਣੇ, ਕਾਂਗਰਸ ਪਾਰਟੀ 'ਚ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਆਪਣੀ ਵੱਖਰੀ ਹੋਂਦ, ਆਪਣਾ ਵਜੂਦ, ਆਪਣਾ ਐਗਜਿਸਟੈਂਸ, ਆਪਣਾ ਪਾਰਟੀ ਨਿਸ਼ਾਨ, ਵਿਧਾਨ ਅਤੇ ਝੰਡਾ ਜਿਹੜਾ ਉਹ ਕਾਇਮ ਰੱਖੇਗਾ। ਫਿਰ ਸਾਡੇ ਕੋਲ 1981 ਦੀ ਘਟਨਾ ਹੈ ਕਿ 1983 ਦੀ ਘਟਨਾ, 1983 ਵਿੱਚ ਫਿਰੋਜ਼ਪੁਰ ਦੀ ਘਟਨਾ ਹੈ 7 ਅਪ੍ਰੈਲ ਦੀ। ਫਿਰੋਜ਼ਪੁਰ ਵਿੱਚ ਜਿਹੜਾ ਭਾਰਤੀ ਫੌਜ ਦੇ ਅਫਸਰ SP ਚੱਡਾ ਨੇ ਦੋ ਸਿੱਖ ਫੌਜੀ ਜਿਹੜੇ ਆ ਸੀਤਲ ਸਿੰਘ ਅਤੇ ਬੀਰ ਸਿੰਘ ਨੇ ਜਿਹੜਾ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਅਤੇ ਸੀਤਲ ਸਿੰਘ ਦੀ ਮੌਤ ਹੋ ਗਈ। ਘਟਨਾ ਇਹ ਸੀ ਕਿ ਉੱਥੋਂ ਅਸਲਾ ਚੋਰੀ ਹੋ ਗਿਆ ਸੀਗਾ ਅਤੇ ਅਸਲਾ ਚੋਰੀ ਹੁੰਦਾ ਇਹਨਾਂ ਦੋਨਾਂ 'ਤੇ ਦੋਸ਼ ਲਾ ਕੇ ਉਸਨੇ ਪੁਲਿਸ ਅਫਸਰ ਜਾਂ ਆਰਮੀ ਅਫਸਰ ਹੈ ਉਸਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਿਹਦੇ ਸੀਤਲ ਸਿੰਘ ਦੀ ਮੌਤ ਹੋ ਗਈ ਅਤੇ ਬਾਅਦ ਵਿੱਚ ਜਿਹੜਾ ਇਹ ਅਸਲਾ ਜਿਹੜਾ ਉਹਨਾਂ ਕੋਲ ਲੱਭਿਆ ਜਿਹੜੇ ਉਹਨਾਂ ਦੇ ਆਪਣੇ ਖਾਸ ਬੰਦੇ ਸਨ। ਫਿਰ ਸਾਡੇ ਕੋਲ 1986 ਦੀ ਘਟਨਾ ਹੈ ਕਿ ਪੁਲਿਸ ਦਾ ਚੀਫ ਬਣ ਚੁੱਕਾ ਸੀਗਾ ਜੂਲੀਅਸ ਰਿਬੈਰੋ, ਔਰ ਪੁਲਿਸ ਜਿਹੜੀ ਖਾੜਕੂਆਂ ਦੇ ਨਾਲ ਉਹਨਾਂ ਦਾ ਟਕਰਾਅ ਬਹੁਤ ਜ਼ਿਆਦਾ ਹੋ ਰਿਹਾ ਸੀਗਾ, ਔਰ ਇੱਕ ਘਟਨਾ ਐਸੀ ਹੋ ਰਹੀ ਸੀ ਵੀ ਦਰਬਾਰ ਸਾਹਿਬ ਦੇ ਉੱਤੇ ਖਾੜਕੂ ਨੇ ਕਬਜ਼ਾ ਕੀਤਾ ਸੀਗਾ ਅਤੇ ਜਾਪਦਾ ਸੀਗਾ ਵੀ ਇਹ ਜਿਹੜੀ ਹੈ ਗੜਬੜ ਜਿਹੜੀ ਹੋਣ ਦਾ ਸਕੋਪ ਹੈ ਵੀ ਪੁਲਿਸ ਜਿਹੜੀ ਹੈ ਦਰਬਾਰ ਸਾਹਿਬ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰੇ ਅਤੇ ਉਹਨਾਂ ਦਾ ਅੱਗੋਂ ਮੁਕਾਬਲਾ ਕੀਤਾ ਜਾਏ, ਪਰ ਪੁਲਿਸ ਦੇ ਚੀਫ ਰਿਬੈਰੋ ਨੇ ਇਹ ਘਟਨਾਵਾਂ ਜਿਹੜੀਆਂ ਸੀ ਉਹਨਾਂ ਦੇ ਵਿੱਚ ਆਪਣਾ ਜਵਾਬੇ ਅਮਲ ਦੇਣ ਦੀ ਬਜਾਏ ਸਿਰਫ ਇਹਨਾਂ ਹੀ ਕਿਹਾ ਵੀ ਜ਼ਰੂਰਤ ਪੈਣ 'ਤੇ ਪੁਲਿਸ ਜਿਹੜੀ ਹੈ ਦਰਬਾਰ ਸਾਹਿਬ ਵਿੱਚ ਦਾਖਲ ਹੋ ਸਕਦੀ ਹੈ। ਇਸੇ ਦਿਨ ਦੀ ਜਿਹੜੀ ਹੈ 7 ਅਪ੍ਰੈਲ 1986 ਦੀ ਘਟਨਾ ਹੈ ਕਿ ਮੁਕਤਸਰ ਦੇ ਵਿੱਚ ਜਿਹੜਾ ਹਿੰਦੂਆਂ ਨੇ ਜਿਹੜਾ ਉਹ ਜਲੂਸ ਕੱਢਿਆ ਅਤੇ ਜਿਹਦੇ 'ਚ ਸਿੱਖਾਂ ਦੇ ਖਿਲਾਫ ਨਾਅਰੇ, ਜਿਸ ਤਰ੍ਹਾਂ ਕਿ ਆਮ ਸ਼ਹਿਰਾਂ ਵਿੱਚ ਸ਼ਹਿਰੀ ਹਿੰਦੂ ਕਰਿਆ ਕਰਦੇ ਸਨ, ਉਹਨਾਂ ਨੇ ਜਿਹੜੇ ਆ ਸਿੱਖਾਂ ਦੇ ਖਿਲਾਫ ਬੜੇ ਨਾਅਰੇ ਲਾ ਕੇ ਔਰ ਜਿਹੜਾ ਉਹਨਾਂ ਦੇ ਉੱਤੇ ਛੋਟੇ ਮੋਟੇ ਹਮਲੇ ਵੀ ਕੀਤੇ। ਫਿਰ ਸਾਡੇ ਕੋਲ 1991 ਦੀ ਘਟਨਾ 7 ਅਪ੍ਰੈਲ 1991 ਦੇ ਦਿਨ ਪੁਲਿਸ ਨੇ ਜਸਕਰਨ ਸਿੰਘ ਭੁਜੰਗੀ ਉਰਫ ਜੁਝਾਰ ਸਿੰਘ ਯੋਧਾ ਵਾਸੀ ਹਰਰਾਜ ਜ਼ਿਲ੍ਹਾ ਫਿਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਫਿਰ 1992 ਦੀ ਘਟਨਾ ਹੈ 7 ਅਪ੍ਰੈਲ 1992 ਦੇ ਦਿਨ ਪੁਲਿਸ ਨੇ ਜਰਨੈਲ ਸਿੰਘ ਬੂ, ਤਰਲੋਚਨ ਸਿੰਘ ਉਰਫ ਮਾਰਕਫੈਡ, ਸਰਵਿੰਦਰ ਸਿੰਘ ਉਰਫ ਬਿੱਟੂ ਅਤੇ ਪ੍ਰਿਥੀਪਾਲ ਸਿੰਘ ਕੁਰਾਲੀ ਜਿਹੜਾ ਨੇੜੇ ਰਮਦਾਸ ਅੰਮ੍ਰਿਤਸਰ ਵਾਲਾ ਕੁਰਾਲੀ, ਔਰ ਉਹਨਾਂ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਫਿਰ 1993 ਦੀ ਘਟਨਾ ਹੈ ਕਿ ਪੁਲਿਸ ਨੇ ਪੰਜਾਬ ਪੁਲਿਸ ਨੇ ਫੌਜਾ ਸਿੰਘ ਉਰਫ ਬਾਬਾ ਅਤੇ ਉਸਦੇ 3 ਸਾਥੀਆਂ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਇਹ ਘਟਨਾ ਜਿਹੜੀ ਹੈ 7 ਅਪ੍ਰੈਲ 1993 ਦੀ ਹੈ।
ਵੇ ਸਾਡੇ ਕੋਲ 2009 ਦੀ ਘਟਨਾ 7 ਅਪ੍ਰੈਲ 2009 ਦੇ ਦਿਨ ਦਿੱਲੀ ਵਿੱਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਵੇਲੇ ਚਿਦੰਬਰਮ ਮਿਨਿਸਟਰ ਸੀਗਾ ਅਤੇ ਚਿਦੰਬਰਮ ਜਿਹੜਾ ਉਹ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਸੀਗਾ ਜਿਹਦੇ 'ਚ ਉਸਨੇ 1984 ਦੀ ਜਿਹੜੇ ਦੇ ਖਿਲਾਫ ਜਿਹੜਾ 84 ਨਵੰਬਰ 19 ਦੇ ਕਤਲਿਆਂ ਦੇ ਜਗਦੀਸ਼ ਸਿੰਘ ਟਾਈਟਰ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਖਬਰ ਚੱਲ ਰਹੀ ਸੀ ਉਹਨਾਂ ਦੇ ਅਤੇ ਔਰ ਉਸਦਾ ਅਪਰੋਚ ਪ੍ਰੋਟੈਸਟ ਕਰਨ ਵਾਸਤੇ ਜਰਨੈਲ ਸਿੰਘ ਇੱਕ ਪੱਤਰਕਾਰ ਸੀਗਾ ਜਰਨੈਲ ਸਿੰਘ ਪੱਤਰਕਾਰ ਨੇ ਚਿਦੰਬਰਮ ਵੱਲ ਆਪਣੀ ਜੁੱਤੀ ਚਲਾ ਕੇ ਮਾਰੀ ਜਿਹੜੀ ਉਹਦੇ ਲੱਗੀ ਤਾਂ ਨਹੀਂ ਪਰ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਅਦ 'ਚ ਕਿਉਂਕਿ ਮੀਡੀਆ ਵਾਲੇ ਸਨ ਅਤੇ ਉਹਨਾਂ ਨੇ ਰੌਲਾ ਪਾ ਕੇ ਉਸਨੂੰ ਛਡਾ ਦਿੱਤਾ ਬਾਅਦ 'ਚੋਂ ਦਿੱਲੀ 'ਚੋਂ MLA ਬਣਿਆ ਅਤੇ ਬਾਅਦ 'ਚ ਉਸਨੇ ਆ ਕੇ ਪੰਜਾਬ 'ਚ ਬਾਦਲ ਦੇ ਖਿਲਾਫ ਇਲੈਕਸ਼ਨ ਵੀ ਲੜੀ ਜਿਹਦੇ 'ਚ ਉਹਦੀ ਜ਼ਮਾਨਤ ਜ਼ਬਤ ਹੋਈ 2017 ਵਿੱਚ ਤੋਂ ਜਿਹੜੀ ਜੁੱਤੀ ਮਾਰਨ ਦੀ ਘਟਨਾ ਜਿਹਨੂੰ ਜਰਨੈਲ ਸਿੰਘ ਨਾਲ ਜੋੜਿਆ ਜਾਂਦਾ ਹੈ ਉਹ ਘਟਨਾ 2009 ਦੀ 7 ਅਪ੍ਰੈਲ ਦੀ ਹੈ। ਫਿਰ ਸਾਡੇ ਕੋਲ 2014 ਦੀ ਘਟਨਾ ਹੈ ਇੰਗਲੈਂਡ ਵਿੱਚ ਜਿਹੜਾ ਬਰਤਾਨੀਆ ਦੀ ਸਰਕਾਰ ਨੇ ਜਿਹੜੇ ਬਿਲਡਿੰਗ ਕੰਸਟਰਕਸ਼ਨ ਵਿੱਚ ਜਿਹੜੇ ਸਿੱਖ ਕੰਮ ਕਰਦੇ ਸੀ ਜਿਹਨਾਂ ਦੇ ਕੋਲ ਦਸਤਾਰ ਹੁੰਦੇ ਸੀ ਉਹਨਾਂ ਨੂੰ ਜਿਹੜਾ ਟੋਪੀ ਯਾਨੀ ਹੈਲਮਟ ਪਾਉਣ ਤੋਂ ਜਿਹੜਾ ਛੋਟ ਦਿੱਤੀ। ਹਾਲਾਂਕਿ ਸਿੱਖ ਧਰਮ 'ਚ ਟੋਪੀ ਦੀ ਕੋਈ ਪਾਬੰਦੀ ਨਹੀਂ ਪਰ ਕਿਉਂਕਿ ਇਹ ਚਰਚਾ ਚੱਲ ਪਿਆ ਸੀਗਾ ਵੀ ਸਿੱਖ ਧਰਮ 'ਚ ਟੋਪੀ ਪਾਉਣ ਦੀ ਇਜਾਜ਼ਤ ਨਹੀਂ ਹੈ ਗਲਤ ਧਾਰਮਿਕ ਤੌਰ 'ਤੇ ਗਲਤ ਹੈ ਤੋ ਬਰਤਾਨੀਆ ਨੇ ਇਸ ਗੱਲ ਨੂੰ ਖਿਆਲ ਰੱਖਦੇ ਹੋਏ ਸਿੱਖਾਂ ਨੂੰ ਜਿਹੜਾ ਜਿਹੜੇ ਕੰਮ ਕਰਦੇ ਸਨ ਕੰਸਟਰਕਸ਼ਨ ਦਾ ਕੰਮ ਕਰਦੇ ਸਨ ਉਹਨਾਂ ਥਾਵਾਂ 'ਤੇ ਵੀ ਜਿਹੜੀ ਇਹ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਪਰ ਉਹਦੇ 'ਚ ਉਹਨਾਂ ਨੇ ਇੱਕ ਹੀ ਸ਼ਰਤ ਰੱਖ ਦਿੱਤੀ ਵੀ ਜੇ ਇਹਦੇ ਨਾਲ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਹ ਸਿੱਖ ਜਿਹੜੇ ਨੇ ਉਹਦਾ ਮੁਆਵਜ਼ਾ ਦੇਣ ਦੇ ਹੱਕਦਾਰ ਨਹੀਂ ਹੋਣਗੇ। ਸੋ ਇਹ ਹੁਕਮ ਜਿਹੜਾ 7 ਅਪ੍ਰੈਲ 2014 ਦੇ ਦਿਨ ਜਾਰੀ ਕੀਤਾ ਗਿਆ ਸੀ। ਇਸ ਦਿਨ ਘਟਨਾਵਾਂ ਜਿਹੜੀਆਂ 7 ਅਪ੍ਰੈਲ ਦੀਆਂ ਸਿੱਖ ਤਾਰੀਖ ਨੇ ਰਿਕਾਰਡ ਕੀਤੀਆਂ। ਸ਼ੁਕਰੀਆ।